ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਚੈਨਨ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਚੈਨਨ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਕਰ ਲੋ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਚੱਲਦੇ ਹਾਂ ਆਪਣੀ ਅੱਜ ਦੀਆਂ ਨਿਊਜ਼ ਦੇ ਉੱਤੇ ਇਟਲੀ ਦੇ ਪ੍ਰਧਾਨ ਮੰਤਰੀ ਮਾਰੀਓ ਦਰਾਗੀ ਸਾਹਿਬ ਜਿਹੜੇ ਹਨ ਇਹ ਕੋਰੋਨਾ ਪੋਜ਼ੀਟਿਵ ਹੋ ਚੁੱਕੇ ਹਨ ਇਹਨਾਂ ਨੇ ਜਿਸ ਤਰ੍ਹਾਂ ਕੀ ਅੰਗੋਲਾ ਤੇ ਕਾਂਗੋ ਦੇ ਵਿੱਚ ਜਾਣਾ ਸੀ ਇਹਨਾਂ ਦੇ ਇੱਕ ਮਿਸ਼ਨ ਸੀ ਜਿਹਦੇ ਵਿੱਚ ਇਹਨਾਂ ਨੇ ਇੱਕ ਐਗਰੀਮੈਂਟਸ ਵਗੈਰਾ ਕੁਝ ਐਗਰੀਮੈਂਟਸ ਕਰਨੇ ਸਨ ਜਿਹੜੇ ਕਿ ਗੈਸ ਦੀ ਸਪਲਾਈ ਨੂੰ ਲੈ ਕੇ ਸਨ ਹੁਣ ਇਟਲੀ ਦੇ ਪ੍ਰਧਾਨ ਮੰਤਰੀ ਦਰਾਗੀ ਸਾਹਿਬ ਜਿੱਦ ਪੋਜ਼ਿਟਿਵ ਜਿਹੜੇ ਪਾਏ ਗਏ ਹਨ ਤੇ ਇਹਦੇ ਨਾਲ ਹੁਣ ਕੀ ਹੋਇਆ ਕਿ ਇਹ ਜਿਹੜੇ ਉੱਥੇ ਨਹੀਂ ਜਾ ਸਕਦੇ ਕਿਉਂਕਿ ਇਟਲੀ ਨੇ ਇੱਕ ਮਿਸ਼ਨ ਬਣਾਇਆ ਸੀ ਕਿ ਜਿਹੜਾ ਇਹਨਾਂ ਨੇ ਗੈਸ ਦੀ ਸਪਲਾਈ ਜਿੱਦਾਂ ਕਿ ਹੋਰਨਾਂ ਦੇਸ਼ਾਂ ਦੇ ਉੱਤੇ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਇਹਨਾਂ ਨੇ ਸ਼ੁਰੂ ਕਰਨੀ ਸੀ ਇਹਦੇ ਵਾਸਤੇ ਨਾਲ ਜਿਹੜਾ ਇਹਦੇ ਪਿੱਛੇ ਮਿਸ਼ਨ ਇਹ ਸੀ ਕਿ ਕਦੀ ਵੀ ਕੋਈ ਪ੍ਰਭਖ ਦੇ ਵਿੱਚ ਵੀ ਕੋਈ ਪ੍ਰੋਬਲਮ ਪਵੇ ਤਾਂ ਇੱਕ ਦੇਸ਼ ਦੇ ਉੱਤੇ ਕਦੀ ਵੀ ਬੰਦੇ ਨੂੰ ਨਿਰਭਰ ਨਹੀਂ ਹੋਣਾ ਚਾਹੀਦਾ ਵੈਸੇ ਇੱਕ ਚੰਗੀ ਗੱਲ ਵੀ ਹੈ ਕਿ ਬੰਦੇ ਨੂੰ ਕਦੀ ਵੀ ਇੱਕ ਚੀਜ਼ ਦੇ ਉੱਤੇ ਹੀ ਡਿਪੈਂਡ ਨਹੀਂ ਹੋਣਾ ਚਾਹੀਦਾ ਹੁਣ ਚਲਦੇ ਹਾਂ ਜੀ ਆਪਣੀ ਦੂਸਰੀ ਖਬਰ ਦੇ ਉੱਤੇ ਦੂਸਰੀ ਖਬਰ ਦੇ ਵਿੱਚ ਤੁਹਾਨੂੰ ਕੁਝ ਜਿਹੜੀਆਂ ਸਪੈਸ਼ਲ ਗੱਲਾਂ ਦੱਸਾਂਗੇ ਜਿਹੜੀਆਂ ਕਿ ਸ਼ਾਇਦ ਬਹੁਤ ਈ ਲੋਕਾਂ ਨੂੰ ਨਹੀਂ ਪਤਾ ਹੈ ਤੇ ਦਿਵਸੀ ਕਈ ਵਾਰ ਬੰਦਾ ਜਿਹੜਾ ਹੈ ਜੀ ਇੱਕ ਸਮੇਂ ਤੋਂ ਖੁੰਝ ਜਾਂਦਾ ਹੈ ਤੇ ਕਈ ਵਾਰ ਬੜੀ ਦਿੱਕਤ ਵੀ ਬੰਦੇ ਨੂੰ ਹੁੰਦੀ ਹੈ ਸਭ ਤੋਂ ਪਹਿਲਾਂ ਜਿਹੜੀ ਹੈ ਜੀ ਹਸਪੀਟਲ ਦੇ ਨਾਲ ਸੰਬੰਧਿਤ ਖਬਰ ਹੈ ਜੋ ਤੁਸੀਂ ਕਈ ਵਾਰ ਕੀ ਹੁੰਦਾ ਹੈ ਕਿ ਆਪਣੇ ਡਾਕਟਰ ਜਿਹੜੇ ਮੈਡੀਕੋ ਦੀ ਬਾਜ਼ੀ ਹੁੰਦਾ ਜੀ ਉਹਦੇ ਕੋਲ ਜਾਂਦੇ ਹੋ ਤੇ ਡਾਕਟਰ ਤੁਹਾਨੂੰ ਕੋਈ ਰਚੇਤਾ ਲਿਖ ਕੇ ਦਿੰਦਾ ਹੈ ਕਿ ਕੋਈ ਸੀਟੀ ਟੈਸਟ ਵਗੈਰਾ ਕਰਉਣਾ ਹੈ ਜਿੱਦਾਂ ਕਿ ਆਪਾਂ ਗੱਲ ਕਰ ਰਹੇ ਹਾਂ ਕਿ ਬਲੱਡ ਟੈਸਟ ਨੂੰ ਛ ਕਿਉਂਕਿ ਅਗਰ ਤੁਸੀਂ ਬਲੱਡ ਟੈਸਟ ਕਰਉਣਾ ਤੇ ਇਹਦੀ ਵਾਸਤੇ ਜਿਹੜਾ ਰਚੇਤਾ ਹੁੰਦਾ ਉਹਦੇ ਵਾਸਤੇ ਤੁਹਾਨੂੰ ਜਿਹੜੀ ਆਨਲਾਈਨ ਪੁਨਤਮੈਂਟ ਲੈਣੀ ਪੈਂਦੀ ਹੈ। ਬਾਕੀ ਜਿਹੜੀ ਦੂਸਰੀ ਅਪਾਇੰਟਮੈਂਟ ਹੁੰਦੀ ਹੈ ਜਿੱਦਾਂ ਕਿਸੇ ਹੋਰ ਅੰਗ ਦੀ ਜਾਂ ਕਿ ਆਪਣਾ ਟੈਸਟ ਵਗੈਰਾ ਕਰਉਣਾ ਹੈ। ਤੋਂ ਇਹ ਵਿੱਚ ਤੁਸੀਂ ਕੀ ਕਰਨਾ ਹੈ ਕਿ ਜੋ ਤੁਸੀਂ ਕੂਪ ਵਾਲਿਆਂ ਦੇ ਜਾਂਦੇ ਹੋ। ਉਹ ਅਪਾਇੰਟਮੈਂਟ ਲੈਣ ਦੇ ਵਾਸਤੇ ਬਹੁਤ ਹੀ ਲੋਕਾਂ ਦੀ ਸ਼ਿਕਾਇਤ ਹੁੰਦੀ ਹੈ ਕਿ ਜਿਹੜੀਆਂ ਅਪਾਇੰਟਮੈਂਟ ਹਨ ਬਹੁਤ ਹੀ ਜ਼ਿਆਦਾ ਲੇਟ ਮਿਲਦੀਆਂ ਹਨ। ਕਈ ਵਾਰ ਕੀ ਹੁੰਦਾ ਹੈ ਕਿ ਇੱਕ ਸਾਲ ਜਿੱਦਾਂ ਕਿ ਅੱਜ ਅਪ੍ਰੈਲ ਦਾ ਮਹੀਨਾ ਚੱਲ ਰਿਹਾ ਅਪ੍ਰੈਲ 2022 ਤੇ ਕਈ ਵਾਰ ਜਿਹੜੀ ਅਪਾਇੰਟਮੈਂਟ ਹੁੰਦੀ ਹੈ ਜੀ ਉਹ April 2023 ਦੀ ਮਿਲਦੀ ਹੈ ਜਨਵਰੀ 2023 ਦੀ ਤੇ ਸਾਡੇ ਬਹੁਤ ਵੀਰ ਕੀ ਕਰਦੇ ਨੇ ਕਿ ਜਦੋਂ ਕਹਿੰਦੀ ਹਨ ਕਿ ਤੁਸੀਂ ਜਨਵਰੀ 2023 ਦੀ ਅਪਾਇੰਟਮੈਂਟ ਮਿਲ ਰਹੀ ਹੈ ਜਾਂ ਫਰਵਰੀ ਦੀ ਤੇ ਬਹੁਤ ਵੀਰ ਫਿਰ ਉਸ ਟਾਈਮ ਸੋਚਾਂ ਦੇ ਵਿੱਚ ਪੈ ਜਾਂਦੇ ਹਨ ਕਿ ਅਸੀਂ ਹੁਣ ਕੀ ਕਰੀਏ ਤੇ ਫਿਰ ਉਹ ਤੁਹਾਨੂੰ ਪੁੱਛਦੇ ਹਨ ਕਿ ਕਿਹੜੇ ਹਸਪਤਲ ਦੇ ਵਿੱਚ ਅਪਾਇੰਟਮੈਂਟ ਲੈਣੀ ਹੈ ਤੁਸੀਂ ਕਹਿੰਦੇ ਹੋ ਕਿ ਪੁਰਾਣੇ-ਪੁਰਾਣੇ ਹਸਪਤਲ ਦੇ ਵਿੱਚ ਉਹ ਕਹਿੰਦੀ ਹਨ ਕਿ ਇਸ ਜਗ੍ਹਾ ਦੇ ਉੱਤੇ ਨਹੀਂ ਮਿਲ ਸਕਦੀ ਉਸ ਟਾਈਮ ਤੁਸੀਂ ਇੱਕ ਹੋਰ ਕੰਮ ਕਰ ਸਕਦੇ ਹੋ ਤੁਸੀਂ ਉਹਨਾਂ ਨੂੰ ਕਹਿ ਸਕਦੇ ਹੋ ਕਿ ਮੈਂ ਪਾਗਾ ਮੈਂ ਤੀ ਕਰ ਸਕਦਾ ਹਾਂ ਮੁੱਲ ਜਿਆਦਾ ਜਿਹੜੀ ਸੁਭੀ ਤੋਂ ਅਪਾਇੰਟਮੈਂਟ ਲੈਣ ਦੇ ਵਾਸਤੇ ਜਦਾਂ ਕਿ ਜਲਦਬਾਜ਼ੀ ਵਾਲੀ ਉਹ ਫਿਰ ਕੀ ਕਰਨਗੇ ਕਿ ਤੁਹਾਡੇ ਕੋਲੋਂ ਜਿਹੜੀ ਪੇਮੈਂਟ ਹੈ ਜੀ ਤਿੰਨ ਗੁਣਾ ਜਿਆਦਾ ਵਸੂਲਦੇ ਹਨ ਨਾਰਮਲ ਤੌਰ ਤੇ ਜੇ ਤੁਹਾਡਾ 35 ਯੂਰੋ ਦਾ ਖਰਚਾ ਹੈ ਤਾਂ ਤਕਰੀਬਨ ਉਹਦੇ ਵਿੱਚ ਤੁਹਾਡੇ 108 ਯੂਰੋ ਲੱਗਦੇ ਹਨ 108 ਤੋਂ 10 ਇਸ ਹਿਸਾਬ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਇੱਕ ਨਾਰਮਲ ਖਰਚਾ ਹੁੰਦਾ ਉਸ ਤੋਂ ਤਿੰਨ ਗੁਣਾ ਜਿਆਦਾ ਪੇ ਕਰਕੇ ਕਈ ਵਾਰ ਬੰਦੇ ਨੂੰ ਜਿਹੜੀ ਅਪਾਇੰਟਮੈਂਟ ਹੈ ਜਿਹੜੀ ਅਪਾਇੰਟਮੈਂਟ 1 ਸਾਲ ਬਾਅਦ ਮਿਲਦੀ ਹੈ ਕਈ ਵਾਰ ਕੀ ਹੁੰਦਾ ਕਿ ਉਹ ਤੁਹਾਨੂੰ 2-3 ਦਿਨ ਦੇ ਵਿੱਚ ਹੀ ਮਿਲ ਜਾਂਦੀ ਹੈ ਬਾਕੀ ਇਸ ਤੋਂ ਇਲਾਵਾ ਵੀ ਜੇ ਤੁਸੀਂ ਕਿਸੇ ਸਪੈਸ਼ਲਿਸਟ ਨਾਲ ਗੱਲ ਕਰਨੀ ਹੈ ਤੇ ਇੱਕ ਤੁਸੀਂ ਆਪਣੇ Google ਦੇ ਉੱਤੇ ਜਾ ਸਕਦੇ www.datori.it ਇਹ ਇੱਕ ਤਰ੍ਹਾਂ ਦੀ ਵੈਬਸਾਈਟ ਹੈ ਜਿਹਦੇ ਵਿੱਚ ਤੁਹਾਨੂੰ ਆਪਣਾ ਐਡਰੈਸ ਵਗੈਰਾ ਵੀ ਲਿਖਣ ਦੀ ਕੋਈ ਲੋੜ ਨਹੀਂ ਹੈ ਤੁਸੀਂ ਆਪਣੇ ਸ਼ਹਿਰ ਦਾ ਨਾਮ ਇਸ ਦੇ ਵਿੱਚ ਲਿਖ ਦੇਣਾ ਹੈ ਇਸ ਤੋਂ ਬਾਅਦ ਤੁਸੀਂ ਜਿਹੜਾ ਵੀ ਡਾਕਟਰ ਲੱਭਣਾ ਹੈ ਸਰਚ ਵਿੱਚ ਜਾ ਕੇ ਤੁਸੀਂ ਉਸ ਡਾਕਟਰ ਦਾ ਜਾਂ ਉਸ ਜਿੱਦਾਂ ਕਿ ਹੱਡੀਆਂ ਦੇ ਨਾਲ ਸੰਬੰਧਿਤ ਜਾਂ ਕਿ ਬ੍ਰੇਨ ਦਾ ਸੰਬੰਧਿਤ ਡਾਕਟਰ ਨਿਊਰੋਲੋਜਿਸ ਜਾਂ ਕਿ ਹੋਰ ਕਿਸੇ ਵੀ ਤਰ੍ਹਾਂ ਦਾ ਕੋਈ ਡਾਕਟਰ ਜਾਂ ਜਨਰਲ ਡਾਕਟਰ ਜਿਹੜੇ ਹੁੰਦੇ ਹਨ ਜਾਂ ਕੋਈ ਅੱਖਾਂ ਦੇ ਡਾਕਟਰ ਤੁਸੀਂ ਉਹਨਾਂ ਦਾ ਨਾਮ ਇਸ ਦੇ ਵਿੱਚ ਲਿਖ ਦੇਣਾ ਹੈ ਤੇ ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਜਿਹੜੇ ਡਾਕਟਰ ਹਨ ਤੁਹਾਡੇ ਨੇੜੇ-ਨੇੜੇ ਦੇ ਡਾਕਟਰ ਜਿੰਨੇ ਵੀ ਹਨ ਉਹ ਤੁਹਾਡੇ ਸਾਹਮਣੇ ਲਿਸਟ ਵਿੱਚ ਚੋਣੇ ਸ਼ੁਰੂ ਹੋ ਜਾਂਦੇ ਹਨ ਤੇ ਨਾਲ ਹੀ ਨਾਲ ਇਹ ਵੀ ਦੱਸਿਆ ਜਾਂਦਾ ਹੈ ਕਿ ਤੁਹਾਡੇ ਘਰ ਤੋਂ ਕਿੰਨੇ ਕਿਲੋਮੀਟਰ ਦੀ ਦੂਰੀ ਤੇ ਹਨ ਉਸ ਦੇ ਵਿੱਚ ਤੁਸੀਂ ਕਿਸੇ ਵੀ ਡਾਕਟਰ ਦੇ ਨਾਲ ਕੰਟੈਕਟ ਕਰ ਸਕਦੇ ਹੋ ਤੇ ਜਿਹੜੀ ਅਪਾਇੰਟਮੈਂਟ ਹੈ ਜੀ ਤੁਸੀਂ ਆਪਣੇ ਫੋਨ ਦੇ ਥਰੂ ਹੀ ਲੈ ਸਕਦੇ ਹੋ। ਬਾਕੀ ਉਸ ਦੇ ਵਿੱਚ ਤੁਸੀਂ ਟਾਈਮ ਵਗੈਰਾ ਵੀ ਆਪ ਸਿਲੈਕਟ ਕਰ ਸਕਦੇ ਹੋ ਤੇ ਜਿੱਦਾਂ ਵੀ ਡੇਟ ਵਗੈਰਾ ਵੀ ਤੁਸੀਂ ਆਪ ਚੈੱਕ ਕਰ ਸਕਦੇ ਹੋ। ਉਸ ਤੋਂ ਬਾਅਦ ਇੱਕ ਤੁਹਾਨੂੰ ਈਮੇਲ ਆਏਗੀ ਜਿਹੜੀ ਕਿ ਤੁਹਾਨੂੰ ਕਨਫਰਮਡ ਈਮੇਲ ਹੋਏਗੀ ਉਹਦੇ ਵਿੱਚ ਦੱਸਿਆ ਹੋਏਗਾ ਕਿ ਤੁਹਾਡੀ ਜਿਹੜੀ ਅਪਾਇੰਟਮੈਂਟ ਹੈ ਜੀ ਉਹ ਕਨਫਰਮ ਹੋ ਚੁੱਕੀ ਹੈ। ਬਾਕੀ ਇਹਦੇ ਵਿੱਚ ਇੱਕ ਹੋਰ ਵੀ ਚੀਜ਼ ਸਪੈਸ਼ਲ ਹੁੰਦੀ ਹੈ ਕਿ ਜੇ ਤੁਸੀਂ ਆਪਣੀ ਕੈਨਸਲ ਕਰਾਉਣੀ ਹੈ ਅਪਾਇੰਟਮੈਂਟ ਵਗੈਰਾ ਤੇ ਤੁਸੀਂ ਆਪਣੀ ਅਪਾਇੰਟਮੈਂਟ ਜਿਹੜੀ ਹੈ ਜੀ ਇੱਕ ਦਿ ਤੇ ਡਾਕਟਰ ਦੀ ਜਿਹੜੀ ਤਰੀਫਾ ਵਗੈਰਾ ਹੁੰਦੀਆਂ ਨੇ ਉਹ ਵੀ ਤੁਹਾਨੂੰ ਇਸ ਦੇ ਵਿੱਚ ਹੀ ਮਿਲਣਗੇ ਇੱਥੇ ਤੁਹਾਨੂੰ ਇਹ ਦੱਸ ਦਈਏ ਕਿ ਡਾਕਟਰ ਜਿੰਨੇ ਵੀ ਹੁੰਦੇ ਨੇ ਇਹਦੇ ਵਿੱਚ ਪ੍ਰਾਈਵੇਟ ਡਾਕਟਰ ਹੁੰਦੇ ਨੇ ਇੱਕ ਡਾਕਟਰ ਦਾ ਜਿਹੜਾ ਤਰੀਫਾ ਹੁੰਦਾ ਹੈ ਜੀ ਘੱਟੋ ਘੱਟ ਕਿਸੇ ਦੀ ਸਟਾਰਟਿੰਗ ਲਈ ਫੀਸ ਹੁੰਦੀ ਹੈ ਜੇ 80 ਹੁੰਦੀ ਹੈ 80 ਕੋਈ 100 ਲੈਂਦਾ ਹੈ ਤੇ ਕੋਈ 120 ਜੁਰੂ ਤੇ ਕਈ ਡਾਕਟਰ 160 ਜੁਰੂ ਤੱਕ ਵੀ ਪ੍ਰੀਮੀਅਮ ਵਸਤਾ ਦੇ ਲੈਂਦੇ ਹਨ ਮਤਲਬ ਕਿ 80 ਤੋਂ ਲੈ ਕੇ 160 ਜੁਰੂ ਤੱਕ ਜਿਹੜੀ ਪਹਿਲੀ ਵਾਰ ਡਾਕਟਰ ਤੁਹਾਡੇ ਤੋਂ ਲੈ ਲੈਂਦੇ ਹਨ ਤੇ ਜਦੋਂ ਦੂਸਰੀ ਵਾਰ ਤੁਸੀਂ ਜਾਂਦੇ ਹੋ ਉਹਨਾਂ ਦੇ ਕੋਲ ਤੇ ਉਸ ਤੋਂ ਬਾਅਦ ਜਿਹੜਾ ਸਿਕ ਹੁੰਦਾ ਵਸਤਾ ਬੰਦੇ ਨੂੰ ਥੋੜੀ ਜਿਹੀ ਕਮੀ ਦੇਖਣ ਨੂੰ ਮਿਲਦੀ ਹੈ। ਬਾਕੀ ਲੇਕ ਬਰੀਜ਼ ਦੇ ਵਿੱਚ ਜਿਹੜਾ ਕੱਲ ਇੱਕ ਐਕਸੀਡੈਂਟ ਹੋਇਆ ਜਿਹਦੇ ਵਿੱਚ ਕੀ ਇੱਕ ਝੀਲ ਜਿਹੜੀ ਸੀ ਪਹਾੜਾਂ ਦੇ ਦਰਮਿਆਨ ਜਿਹੜੀ ਇੱਕ ਝੀਲ ਸੀ ਬਹੁਤ ਡੂੰਗੀ ਝੀਲ ਇਹਦੇ ਵਿੱਚ ਕੀ ਹੁੰਦਾ ਹੈ ਕਿ ਜਿਹੜੀ ਬਰਫ਼ ਵਗੈਰਾ ਜੰਮ ਜਾਂਦੀ ਹੈ ਉੱਪਰ ਇਸ ਦੀ ਪੇਪੜੀ ਬਣ ਜਾਂਦੀ ਹੈ ਬਰਫ਼ ਦੀ। ਤੇ ਉਹਦੇ ਦੌਰਾਨ ਜਿਹੜੀ ਇੱਕ ਫੈਮਿਲੀ ਸੀ ਉਸ ਦੇ ਉੱਤੇ ਪੈਦਲ ਚੱਲ ਰਹੀ ਸੀ ਤੇ ਜਿਹੜਾ ਇਸ ਦੇ ਵਿੱਚ ਸਰਾਖ ਇਹ ਹੀ ਹੁਣ ਦਸੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਕਿ ਜਿਹੜਾ ਸਰਾਖ ਹੋਇਆ ਹੈ ਇਸ ਤੇ ਵੀ ਜਿੱਥੇ ਉਹ ਡਿੱਗੇ ਹੈ ਫੈਮਿਲੀ ਤੇ ਜਿਹਦੇ ਵਿੱਚ ਇੱਕ 7 ਮਹੀਨੇ ਦਾ ਬੱਚਾ ਵੀ ਸੀ। ਉਸ ਨੂੰ ਬਚਾਉਣ ਦੇ ਵਾਸਤੇ ਬਾਕੀ ਫੈਮਿਲੀ ਮੈਂਬਰ ਵੀ ਜਿਹੜੇ ਸਨ ਉਸ ਜਗ੍ਹਾ ਦੇ ਵਿੱਚ ਐਂਟਰੀ ਹੋਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੂੰ ਦਿੱਕਤ ਆਈ ਤੇ ਤੁਹਾਨੂੰ ਇੱਥੇ ਵੀ ਦੱਸ ਦਈਏ ਕਿ ਜਿਹੜੇ ਬੱਚੇ ਦੇ ਮਾਤਾ ਪਿਤਾ ਹਨ ਉਹਨਾਂ ਨੂੰ ਇਸ ਟਾਈਮ ਹਸਪੀਟਲ ਦੇ ਵਿੱਚ ਰੱਖਿਆ ਗਿਆ ਹੈ ਬਾਕੀ ਉਹ ਪਾਣੀ ਦੇ ਵਿੱਚ ਕਿਉਂ ਡਿੱਗੇ ਦੇ ਵਿੱਚ ਜਿਹੜਾ ਮੇਨ ਕਾਰਨ ਇਹ ਹੀ ਦੱਸਿਆ ਜਾ ਰਿਹਾ ਜਿਹੜੀ ਹੁਣ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਟੈਂਪਰੇਚਰ ਜ਼ਿਆਦਾ ਵੱਧ ਚੁੱਕਾ ਸੀ ਜਿਸ ਦੇ ਨਾਲ ਉਹ ਬਰਫ਼ ਦੀ ਪੇਪੜੀ ਜਿਹੜੀ ਸੀ ਉਹ ਬਰਫ਼ ਪਿਗਲਣ ਦੇ ਨਾਲ ਉਹ ਪੇਪੜੀ ਕਮਜ਼ੋਰ ਹੋ ਚੁੱਕੀ ਸੀ ਜਦੋਂ ਉੱਤੋਂ ਬੰਦਿਆਂ ਦਾ ਭਾਰ ਪੈਂਦਾ ਹੈ ਤੁਸੀਂ ਨਾਲ ਉਸ ਜਗ੍ਹਾ ਦੇ ਉ ਬਾਕੀ ਇਸ ਤੋਂ ਇਲਾਵਾ ਯੂਕਰੇਨ ਦੇ ਵਿੱਚ ਜਿਹੜਾ ਇੰਟੀਅਰ ਕ੍ਰਾਫਟ ਅਲਾਰਮ ਹੈ ਜੀ ਉਹ ਵੱਜ ਚੁੱਕਾ ਹੈ ਤੇ ਮਾਰੀਪੋਲ ਜਿਹੜਾ ਰੀਜਨ ਹੈ ਜੀ ਇਹਦੇ ਵਿੱਚ ਹੁਣ ਕੀ ਹੋ ਰਿਹਾ ਕਿ ਬਹੁਤ ਸਾਰੇ ਜਿਹੜੇ ਹਜ਼ਾਰਾਂ ਦੀ ਗਿਣਤੀ ਵਿੱਚ ਜਿਹੜੇ ਨਾਗਰਿਕ ਹਨ ਸਿਵਿਲੀਅਨ ਉੱਥੋਂ ਦੇ ਹਨ ਇਸ ਟਾਈਮ ਇੱਕ ਸਟੀਲ ਮਿੱਲ ਪਈਂਦੀ ਹੈ ਜੀ ਉਹਦੇ ਥੱਲੇ ਹੀ ਇਹ ਲੋਕ ਜਿਹੜੇ ਹਨ ਕਿਸੇ ਤਰ੍ਹਾਂ ਦਾ ਆਪਣਾ ਆਸਰਾ ਲੈ ਕੇ ਬੈਠੇ ਹੋਏ ਹਨ ਬਾਕੀ ਜਿਹੜੀ ਇੱਕ ਗੁੱਡ ਨਿਊਜ਼ ਵੀ ਤੁਹਾਨੂੰ ਦੱਸ ਦਈਏ ਕਿ ਗੁੱਡ ਨਿਊਜ਼ ਕਿਹੜੀ ਹੈ ਗੁੱਡ ਨਿਊਜ਼ ਦੇ ਨਾਲ ਹੀ ਤੁਹਾਨੂੰ ਇੱਕ ਹੋਰ ਚੀਜ਼ ਵੀ ਦੱਸ ਦਿਆਂ ਕਿ ਜਿਹੜੇ ਅੱਜ ਕੇਸ ਆਏ ਹਨ ਇਹਨਾਂ ਦੀ ਜਿਹੜੀ ਗਿਣਤੀ ਹੈ ਟੋਟਲ ਗਿਣਤੀ ਦੀ ਜੀ ਆਪਾਂ ਗੱਲ ਕਰੀਏ ਤੇ ਇਹਦੇ ਵਿੱਚ ਜਿਹੜੇ ਲੋਕਾਂ ਦੀ ਡੈਥ ਹੋਈ ਇਟਲੀ ਵਿੱਚ 79 ਲੋਕਾਂ ਦੀ ਡੈਥ ਹੋਈ ਹੈ ਹੁਣ ਤੁਹਾਡੇ ਮਨ ਦੇ ਵਿੱਚ ਜੇ ਇੱਕ ਖੁਸ਼ੀ ਆਏਗੀ ਕਿ 18380 ਕੇਸ ਆਇਆ ਹੈ ਤੇ ਚਲੋ ਬਹੁਤ ਵਧੀਆ ਗੱਲ ਹੈ ਕਿ ਜਿਹੜੇ ਕੇਸ ਘਟਨੇ ਸ਼ੁਰੂ ਹੋ ਚੁੱਕੇ ਹਨ ਪਰੰਤੂ ਇਸ ਤਰ੍ਹਾਂ ਨਹੀਂ ਹੈ ਅਇਛੇ ਤੁਹਾਨੂੰ ਇਹ ਦੱਸ ਦਈਏ ਕਿ ਜਿਹੜੀ ਤਾਸੋ ਦੀ ਪੋਸਟ ਸੀ ਤਾਂ 17.4 ਦੇ ਉੱਤੇ ਆਈ ਹੈ ਜਦੋਂ ਕਿ ਕੱਲ 15.6 ਦੇ ਉੱਤੇ ਸੀ ਹੁਣ ਅਗਰ ਕੱਲ ਨੂੰ ਜਿਹੜੇ ਟੈਸਟ ਹਨ ਜੇ ਅਗਰ ਜ਼ਿਆਦਾ ਹੁੰਦੇ ਹਨ ਤਾਂ ਤੁਸੀਂ ਦੇਖੋਗੇ ਕਿ ਜਿਹੜੇ ਕੇਸ ਹਨ ਅੱਜ ਨਾਲੋਂ ਦੁੱਗਣੇ ਤਿਗਣੇ ਵੀ ਕੱਲ ਨੂੰ ਹੋ ਸਕਦੇ ਹਨ ਐਸੀ ਜਨਨੀ ਦੱਸਦੀ ਕਿ ਜਿਹੜੇ ਟੈਸਟ ਤੋਂ ਟੰਪੂਨੀ ਕੀਤੇ ਗਣਿਆਂ ਦੀ ਗਿਣਤੀ 1,5739 ਬਣਦੀ ਹੈ। ਅੱਗੇ ਕੀ ਹੁੰਦਾ ਸੀ ਕਈ ਵਾਰ ਜਿਹੜੇ 5 ਲੱਖ ਜਾਂ 6 ਲੱਖ ਟੰਪੂਨੀ ਵੀ ਕੀਤੇ ਜਾਂਦੇ ਸਨ। ਟੰਪੂਨੀ ਘਟ ਹੋਏ ਹਨ ਇਸ ਕਰਕੇ ਜਿਹੜੇ ਕੇਸ ਵੀ ਘਟ ਆਏ ਹਨ। ਗੁੱਡ ਨਿਊਜ਼ ਆਪਾਂ ਇਸ ਨੂੰ ਉਦੋਂ ਕਹਿ ਸਕਦੇ ਹਾਂ ਜੇ ਇਸ ਟਾਈਮ ਮਤਲਬ ਟੰਪੂਨੀ ਜਿਹੜੇ 5-6 ਲੱਖ ਹੋਣ ਤੇ ਜਦੋਂ ਟਾਸੋ ਦੀ ਪੋਜ਼ਿਟਿਵ ਤਾਂ ਉਹਨਾਂ ਦੇ ਵਿੱਚ ਘਟ ਕੇ 2 ਜਾਂ 4% ਦੇ ਉੱਤੇ ਆ ਜਾਵੇ। ਉਸ ਟਾਈਮ ਇੱਕ ਗੁੱਡ ਨਿਊਜ਼ ਬਣਦੀ ਹੈ। ਬਾਕੀ ਇਸ ਟੇਮ ਹਸਪਤਲ ਦੇ ਵਿੱਚ 9940 ਬੰਦੇ ਜਿਹੜੇ ਹੈ ਜੀ ਇਸ ਟੇਮ ਨਾਰਮਲ ਜਿਹੜੇ ਵਾਰਡ ਹਨ ਉਹਨਾਂ ਦੇ ਵਿੱਚ ਭਰਤੀ ਹੈ ਤੇ ਇਸ ਤੋਂ ਇਲਾਵਾ ਜਿਹੜੇ ਆਈਸੀਯੂ ਵਿੱਚ 411 ਲੋਕ ਜਿਹੜੇ ਭਰਤੀ ਹੋ ਚੁੱਕੇ ਹਨ ਹੁਣ ਤੁਸੀਂ ਦੇਖਿਆ ਹੋਏਗਾ ਕਿ ਯੂਰਪ ਦੇ ਵਿੱਚ ਜ਼ਿਆਦਾਤਰ ਜਿਹੜੇ ਲੋਕਾਂ ਨੇ ਕਾਰਾਂ ਵਗੈਰਾ ਰੱਖ ਕੇ ਹੀ ਖੋਸ਼ ਹਨ ਅਗਰ ਕੋਈ ਇੱਥੇ ਬੰਦਾ ਸਕੂਟਰੀ ਜਾਂ ਮੋਟਰਿੰਨਾ ਦਾ ਲਾਇਸੈਂਸ ਵੀ ਕਰਦਾ ਹੈ ਤਾਂ ਉਹ ਵੀ ਲੋਕ ਕਹਿੰਦੇ ਹਨ ਕਿ ਇਸ ਵਿੱਚ ਰਿਸਕ ਜ਼ਿਆਦਾ ਹੁੰਦਾ ਹੈ ਕਿਉਂਕਿ ਸੜਕਾਂ ਤੇ ਜਿੱਦਾਂ ਕਿ ਇੱਕ ਸਕੂਟਰੀ ਚਲਾਉਣ ਨੂੰ ਵੀ ਲੋਕ ਰਿਸਕ ਸਮਝਦੇ ਹਨ ਤੇ ਸਾਈਕਲ ਚਲਾਉਣ ਨੂੰ ਤਾਂ ਉਸ ਤੋਂ ਵੀ ਵੱਡਾ ਜਿਹੜਾ ਖਤਰਾ ਸਮਝਿਆ ਜਾਂਦਾ ਹੈ ਕਿਉਂਕਿ ਅਗਰ ਸਾਈਕਲ ਜਾਂ ਸਕੂਟਰੀ ਨੂੰ ਕੋਈ ਵੀ ਕਾਰ ਜਿਹੜੀ ਹੈ ਜੀ ਫੇਟ ਮਾਰਦੀ ਹੈ ਟੱਕਰ ਮਾਰਦੀ ਹੈ ਤੇ ਸਭ ਤੋਂ ਪਹਿਲਾਂ ਜਿਹੜੀ ਝੋਟ ਹੈ ਜੀ ਸਕੂਟਰ ਵਾਲੇ ਦੇ ਜਾਂ ਸਾਈਕਲ ਵਾਲੇ ਦੇ ਹੀ ਲੱਗਦੀ ਹੈ ਕਾਰ ਵਾਲਾ ਬੰਦਾ ਫਿਰ ਵੀ ਜਿਹੜਾ ਹੈ ਜੀ ਥੋੜਾ ਜਿਆਦਾ ਸੇਫ ਰਹਿੰਦਾ ਹੈ ਤੇ ਇਸੇ ਤਰ੍ਹਾਂ ਹੀ ਇੱਕ ਜਰਮਨ ਟੂਰਿਸਟ ਜਿਹੜਾ ਕਿ ਸਾਈਕਲ ਦੇ ਉੱਤੇ ਸਵਾਰੀ ਕਰ ਰਿਹਾ ਸੀ ਤੇ ਇਸ ਨੂੰ ਇੱਕ ਕਾਰ ਨੇ ਹਿੱਟ ਕੀਤਾ ਤੇ ਹਿੱਟ ਕਰਨ ਤੋਂ ਬਾਅਦ ਉਸ ਬੰਦੇ ਨੇ ਜਿਹੜੀ ਕਾਰ ਨੂੰ ਨਹੀਂ ਰੋਕਿਆ ਨਾ ਹੀ ਕੋਈ ਮਦਦ ਕੀਤੀ ਇਹ ਜਿਹੜੀ ਘਟਨਾ ਹੋਈ ਹੈ ਜੀ ਕੱਲ 11:30 ਵਜੇ ਇਹ ਘਟਨਾ ਹੋਈ ਹੈ ਕੰਪੀ ਦੀ ਲਾਗੂ ਦੇ ਵਿੱਚ ਜਿਹੜਾ ਕਿ ਲੱਗਾ ਪੈਂਦਾ ਹੈ ਸਾਊਥ ਤਾਇਰੋਲ ਦੇ ਵਿੱਚ ਵਦੇਨਾ ਦਾ ਇਲਾਕਾ ਬਾਕੀ ਇਹਦੇ ਵਿੱਚ ਤੁਹਾਨੂੰ ਇਹ ਵੀ ਦੱਸ ਜੀ ਕਿ ਜਿਹੜੀ ਇਹ ਟੱਕਰ ਹੋਈ ਹੈ ਜੀ ਕਾਰ ਦੀ ਜਿਹੜੀ ਸਾਈਕਲ ਦੇ ਨਾਲ ਟੱਕਰ ਵਜੀ ਹੈ ਇਹਦੇ ਵਿੱਚ ਜਿਹੜਾ ਇਸ ਅੰਜਾਮ ਕੀ ਨਿਕਲਿਆ ਜਿਹੜਾ ਸਾਈਕਲ ਸਵਾਰ ਸੀ ਉਸਦੀ ਡੈਥ ਹੋ ਚੁੱਕੀ ਸੀ ਬਾਕੀ ਤੁਸੀਂ ਇੱਥੇ ਤੱਕ ਵੀਡੀਓ ਦੇਖੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਨੈਕਸਟ ਵੀਡੀਓ ਲੈ ਕੇ ਫਿਰ ਮਿਲਾਂਗੇ ਧੰਨਵਾਦ